अच्छा यार, मैं इसका पहले रिव्यू बना चुके हैं, लेकिन मेरा कैमरामैन ऐसा बंदा है गया, उन्हें वीडियो बनाई नहीं, फोटो लेके फोटो खींच के तो बस मैनू पागल बना रहे हैं। 10 मिनट हो गए, सारी गल्ला मेरिया जाया चल गई। खैर आ माइक तुम वेख कितना लंबा जरा माइक है, इससे तुम जरा लंबी है तार, चाहो तो इससे जरा है कपड़े कपड़े भी सुखा सकते हैं। खैर मैं रिव्यू नहीं देना, मैं रिव्यू देना गया इसका, ਇਹਦੀ ਹਾਲਤ ਕੀ ਕਰ ਦਿੱਤੀ ਆ। ਖੈਰ ਇਹਨੂੰ ਥੋੜ੍ਹਾ ਜਿਹਾ ਸਿੱਧਾ ਕਰ ਲਈਏ। ਹਾਂਜੀ, ਇਹ ਟਰਾਈਪੋਡ ਆ, ਗੁਰੀਲਾ ਟਰਾਈਪੋਡ ਇਹਨੂੰ ਕਹਿੰਦੇ ਹੈਗੇ ਆ। ਜੋ ਵੀ ਕੰਪਨੀ ਹੈਗੀ ਆ ਉਹਦੇ ਜਿਹੜੇ ਹੈਗੇ ਆ, ਇਹ ਜਿਹੜਾ ਨਾ ਕਾਪੀ ਹੈਗੀ ਆ ਜੋ ਵੀ ਕੰਪਨੀ ਦੀ, ਅਤੇ ਇਹ ਚਾਈਨਾ ਦੇ ਆਇਆ, ਓਰੀਜਨਲ ਨਹੀਂ ਹੈ ਇਹ। ਅਤੇ ਮਾਰਕੀਟ ਦੇ ਵਿੱਚੋਂ ਜਿਹੜੇ ਲੋਕ ਸਾਡੇ ਵਰਗੇ, ਜਿਹੜੇ ਮਤਲਬ ਆਮ ਸਿਟੀ ਦੇ ਵਿੱਚ ਰਹਿੰਦੇ ਹੈਗੇ, ਵਿਲੇਜ ਦੇ ਵਿੱਚ ਰਹਿੰਦੇ, ਉਹ ਤਾਂ ਨਹੀਂ ਬਾਏ ਕਰ ਸਕਦੇ, ਨਾ ਉਹਨਾਂ ਦੇ ਸਿਟੀਜ਼ ਦੇ ਵਿੱਚ ਇਹ ਚੀਜ਼ਾਂ ਅਵੇਲੇਬਲ ਹੁੰਦੀਆਂ ਹੈ। ਇਹ 1500-1700 ਤੱਕ, ਮੈਂ 1700 ਦਾ ਲਿਆ। ਆਹ ਜਿਹੜਾ ਉੱਤੇ ਇਹਦਾ ਹੋਲਡਰ ਹੈਗਾ, ਇਹ ਅੱਛੀ ਕੁਆਲਿਟੀ ਦਾ ਨਹੀਂ ਹੈ, ਲੇਕਿਨ ਇਹ ਵੀ ਉਹਨੇ ਮੈਨੂੰ 200 ਦਾ ਲਾਇਆ, ਲੇਕਿਨ ਇਹ 100-150 ਦਾ ਮਿਲ ਜਾਂਦਾ ਹੈਗਾ ਹੋਲਡਰ, ਲੇਕਿਨ ਇਹ ਅੱਛਾ ਹੋਲਡਰ ਨਹੀਂ ਹੈ ਮੋਬਾਈਲ ਹੋਲਡਰ। ਅਤੇ ਤੁਸੀਂ ਜਿਹੜਾ ਮੋਬਾਈਲ ਹੋਲਡਰ ਵੀ ਅੱਛਾ ਲੈ ਸਕਦੇ ਹੋ। ਖੈਰ ਇਹਦਾ ਜਿਹੜਾ ਹੈਗਾ ਫਲੈਕਸੀਬਲ ਗੁਰੀਲਾ ਦਾ ਇਹੀ ਮਤਲਬ ਹੁੰਦਾ ਆ, ਵੇਖੋ ਨਾ ਤੁਸੀਂ ਮੋੜ ਵੀ ਸਕਦੇ ਹੋ, ਸਾਰਾ ਸਿਸਟਮ ਹੈ ਇਹਦਾ ਲੱਗਿਆ। ਖੈਰ ਵੇਖੋ ਨਾ ਇਹਦੀ ਹਾਲਤ ਮੈਂ ਕੀ ਕਰ ਛੋੜਿਆ, ਇਹਨੂੰ ਮਜ਼ਦੂਰ ਕਰਕੇ ਰੱਖ ਦਿੱਤਾ। ਖੈਰ ਤੁਸੀਂ ਜਿਹੜਾ ਹੈਗਾ ਇਹ ਹਾਸ਼ਮੀ ਫੋਟੋਜ਼ ਇੱਕ ਵੈਬਸਾਈਟ ਆ, ਉਸ ਤੋਂ ਵੀ ਬਾਏ ਕਰ ਸਕਦੇ ਹੋ, ਅਤੇ ਉਹਨਾਂ ਦੀ ਵੈਬਸਾਈਟ ਸਰਚ ਕਰੋਗੇ ਤੁਹਾਨੂੰ ਮਿਲ ਜਾਏਗੀ, ਉੱਥੋਂ ਵੀ ਬਾਏ ਕਰ ਸਕਦੇ ਹੋ। ਅਤੇ ਲੇਕਿਨ ਮੈਂ ਤਾਂ ਆਪਣੇ ਇੱਕ ਦੋਸਤ ਕੋਲ ਬਾਏ ਕੀਤਾ ਸੀ, ਅਤੇ ਟਰਾਈਪੋਡ ਇਹ ਅੱਛਾ ਹੈਗਾ। ਅਤੇ ਬਾਕੀ ਜਿਹੜਾ ਹੈਗਾ ਨਾ, ਇਵੇਂ ਨਾ ਕਰੋ ਜਿਵੇਂ ਮੈਂ ਕਰ, ਇਹ ਜਿਹੜਾ ਮੋਬਾਈਲ ਹੋਲਡਰ ਆ ਵੇਖੋ, ਕੈਮਰੇ ਦਾ ਦੱਸ, ਕੈਮਰੇ ਦਾ ਯਾਰ ਵੇਖੋ ਨਾ, ਮੋਬਾਈਲ ਹੋਲਡਰ ਜਿਹੜਾ ਹੈਗਾ ਇੱਦਾਂ ਲੱਗਦਾ ਇਸ ਉੱਤੇ, ਇਹ ਜਿਹੜਾ ਪੇਚ ਹੈਗਾ, ਇਹ ਆਹ ਜਿਹੜਾ ਪੇਚ ਹੈਗਾ ਇਹਦੇ ਉੱਤੇ ਲਾਈਦਾ ਹੁੰਦਾ ਹੈਗਾ। ਇਹਦੇ ਉੱਤੇ ਪਹਿਲੇ ਜਿਹੜਾ ਹੈਗਾ ਕੈਮਰਾ ਦਾ ਜਿਹੜਾ ਹੁੰਦਾ ਨਾ, ਉਹ ਪੇਚ ਹੁੰਦਾ ਹੈਗਾ ਇਹਦੇ ਉੱਤੇ, ਉਹ ਮੋਟਾ ਪੇਚ ਹੁੰਦਾ ਹੈਗਾ, ਉਹਨੂੰ ਖੋਲ੍ਹ ਕੇ ਥੱਲੋਂ ਇਹ ਵਾਲਾ ਨਿਕਲਦਾ ਹੈਗਾ, ਉਹਦੇ ਉੱਤੇ ਜਿਹੜਾ ਇਹ ਲਾਈਦਾ ਹੈਗਾ। ਖੈਰ ਦੇਸੀ ਰਿਵਿਊ ਆ, ਤੁਸੀਂ ਪਸੰਦ ਆਵੇ ਤਾਂ ਜਿਹੜਾ ਲਾਈਕ ਕਰਨਾ। ਪਹਿਲੇ ਮੈਨੂੰ ਮੈਂ ਕਾਫੀ ਕੁਛ ਬੋਲਿਆ, ਉਹ ਇਹਨੇ ਰਿਕਾਰਡ ਨਹੀਂ ਕੀਤਾ, ਹੁਣ ਮੈਨੂੰ ਵੀ ਨਹੀਂ ਯਾਦ, ਲੇਕਿਨ ਠੀਕ ਆ 1500-1600 ਦਾ ਹੀ ਆਉਂਦਾ ਹੈਗਾ। ਜਿਹੜਾ ਓਰੀਜਨਲ ਟਰਾਈਪੋਡ ਹੁੰਦਾ ਹੈਗਾ ਉਹ ਤਾਂ 13-14 ਹਜ਼ਾਰ ਦਾ ਆਉਂਦਾ ਹੈਗਾ, ਉਹ ਬਿਲਕੁਲ ਹੀ ਫਲੈਕਸੀਬਲ ਹੁੰਦਾ ਗਿਆ, ਉਸ ਤੋਂ ਛੋਟਾ ਹੁੰਦਾ ਗਿਆ, ਇਹ 13 ਇੰਚ ਦਾ ਹੈਗਾ ਇਹ ਟਰਾਈਪੋਡ। ਅਤੇ ਇਹਨੂੰ ਜਿਹੜਾ ਹੈਗਾ ਜਿਹਨੇ ਬਾਏ ਕਰਨਾ ਕਰ ਸਕਦਾ ਹੈਗਾ, ਮਿਹਰਬਾਨੀ।